ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਰਾਜਾਂ ਦੀ ਪੁਲਿਸ ਸਖਤੀ ਵਰਤ ਰਹੀ ਹੈ। ਇਸੇ ਦੇ ਚੱਲਦੇ ਪੰਜਾਬ ਦੇ ਵਿੱਚ ਵੀ ਕਿਹਾ ਗਿਆ ਕਿ ਜੇਕਰ 50,000 ਤੋਂ ਵੱਧ ਕੋਈ ਵਿਅਕਤੀ ਆਪਣੇ ਨਾਲ ਕੈਸ਼ ਰੱਖਦਾ ਹੈ ਤਾਂ ਉਸ ਨੂੰ ਕੈਸ਼ ਦਾ ਸਬੂਤ ਦੇਣਾ ਹੋਵੇਗਾ। ਇਸੇ ਦੇ ਚੱਲਦੇ ਜਲੰਧਰ ਸ਼ਹਿਰ ਦੇ ਵਿੱਚ ਵੀ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਹੁਸ਼ਿਆਰਪੁਰ ਤੋਂ ਆ ਰਹੀ ਇੱਕ ਕਾਰ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ, ਜਿਸ ਦੇ ਵਿੱਚ ਕਰੀਬ 7 ਲੱਖ ਰੁਪਏ ਦੇ ਕਰੀਬ ਜੋ ਨਕਦੀ ਹੈ ਉਹ ਫੜੀ ਗਈ ਹੈ। ਵਿਅਕਤੀ ਦਾ ਕਹਿਣਾ ਕਿ ਉਹ ਇੱਕ ਵਪਾਰੀ ਹੈ, ਪਰ ਉਸਦੇ ਕੋਲੋਂ ਇਹ ਕਰੀਬ 7 ਲੱਖ ਦੇ ਰੁਪਏ ਕਿੱਥੋਂ ਆਏ ਉਸਦਾ ਸਬੂਤ ਪੁਲਿਸ ਨੂੰ ਨਹੀਂ ਦੇ ਸਕਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਖਾਸ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਚੈਕਿੰਗ ਦੇ ਲਈ ਕਾਰ ਨੂੰ ਰੋਕਿਆ ਗਿਆ। ਕਾਰ ਸਵਾਰ ਦੇ ਕੋਲ ਕਰੀਬ 7 ਲੱਖ ਰੁਪਏ ਬਰਾਮਦ ਕੀਤੇ ਗਏ ਨੇ, ਜਿਸਦਾ ਕੋਈ ਵੀ ਸਬੂਤ ਨਹੀਂ ਪਾਇਆ ਗਿਆ। ਉਹਨਾਂ ਕਿਹਾ ਕਿ ਸੀਨੀਅਰਸ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਹੈ। ਕਾਰ ਵਾਲੇ ਦਾ ਨੰਬਰ ਵੀ ਥਾਣੇ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਉਸਦੀ ਜਾਂਚ ਕੀਤੀ ਜਾਵੇਗੀ। ਬਿਊਰੋ ਰਿਪੋਰਟ ਦਾ ਏਅਰ ਟੀ ਵੀ ਅਤੇ ਪੰਜਾਬ ਹਰਿਆਣਾ ਲਾਈਵ। ਜਿਹੜੇ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਹੁਕਮਾਂ ਦੌਰਾਨ, ਉਹਦੇ ਸੰਬੰਧ 'ਚ ਜਾਣੀ ਕਿ ਚੈਕਿੰਗ ਕੀਤੀ ਸੀ। ਸਵੇਰੇ ਇੱਕ ਗੱਡੀ ਰੋਕੀ, ਆਪਣੇ ਇਨਫੋਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ, ਮੈਂ ਸ਼ੱਕ ਦੇ ਆਧਾਰ 'ਤੇ ਰੋਕੀ ਜਦੋਂ, ਅਤੇ ਉਹਨੂੰ ਰੋਕ ਕੇ ਸਾਈਡ 'ਤੇ ਰੋਕ ਕੇ ਤਾਂ ਉਹਨੂੰ ਡਿੱਗੀ ਖਿਲਾਈ ਗਈ, ਅਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ, ਉਹਨੂੰ ਕਿਹਾ ਬੈਗ ਖੋਲਣ ਨਹੀਂ ਕਿਹਾ ਤਾਂ ਉਹ ਘਰ ਆ ਗਿਆ ਥੋੜ੍ਹਾ, ਅਤੇ ਫਿਰ ਉਹਨੇ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਈਆ ਹੈ। ਅੱਛਾ ਜੀ। ਉਹ ਸਾਨੂੰ ਆਣ ਕੇ ਕੌਂਟੈਕਟ ਕਰਾਉਣ ਚੈੱਕ ਕਰਾਉਣ ਲੱਗ ਪਏ, ਅਤੇ ਇੱਕ ਬੈਗ ਹੋਰ ਸੀਗਾ ਵਿੱਚ। ਉਹਨਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਹੋਰ ਕੈਸ਼ ਤਾਂ ਨਹੀਂ ਹੈਗਾ, ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ, ਇਹ ਹੀ ਆ। ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈਗ ਲਿਆਂਦਾ ਗਿਆ, ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ, 4,43,000। ਟੋਟਲ ਕਿੰਨਾ ਪੈਸਾ ਨਿਕਲਿਆ? ਟੋਟਲ ਤਕਰੀਬਨ 8 ਲੱਖ ਦੇ ਕਰੀਬ। ਪਤਾ ਲੱਗਿਆ ਕਿੱਥੋਂ ਲੈ ਕੇ ਆ ਰਹੇ ਸੀ, ਕਿਹੜੀ ਜਗ੍ਹਾ ਤੋਂ ਜਾਣਾ ਸੀ? ਇਹ ਆਏ ਹੁਸ਼ਿਆਰਪੁਰ ਏਰੀਆ ਤੋਂ ਆਏ, ਤਲਵਾੜੇ ਤੋਂ। ਅੱਛਾ ਜੀ। ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਹਾਂ, ਅਤੇ ਬਾਕੀ ਕਲੀਅਰ ਨਹੀਂ ਕੀਤਾ ਉਹਨੇ। ਕੋਈ ਸਬੂਤ ਮਿਲੇ ਉਹਨਾਂ? ਕੋਈ ਸਬੂਤ ਨਹੀਂ। ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ? ਨਹੀਂ, ਕੋਈ ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿੱਥੋਂ ਕਢਾ ਕੇ ਲਏ ਆ, ਕੋਈ ਸਬੂਤ ਨਹੀਂ, ਕੋਈ ਕੁਝ। ਕਿਤੇ ਇਲੈਕਸ਼ਨ ਕਮਿਸ਼ਨਰ ਦੀ ਦਿੱਤਾ ਹੈਗੀ 50,000 ਤੋਂ ਉੱਪਰ ਜਾਣਾ, ਤੇ ਕੋਈ ਸਬੂਤ ਉਹਨਾਂ ਦੇ ਕੋਲ ਹੋਣੇ ਚਾਹੀਦੇ। ਕਿਆ ਉਹਨਾਂ ਕੋਲ ਨਿਕਲੇ? ਨਹੀਂ, ਬਿਲਕੁਲ ਨਹੀਂ ਨਿਕਲੇ। ਉਹਨਾਂ ਕਿ ਦੱਸਿਆ ਕਰਕੇ ਵੀ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ, ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ। ਹੁਣ ਕੈਸ਼ ਤਾਂ ਤੁਹਾਡੇ ਵੱਲੋਂ? ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਕਮ ਲਿਆਣ ਕੇ ਇਹਨਾਂ ਕਰਕੇ ਉੱਥੇ ਇੱਕ ਨੰਬਰ ਥਾਣੇ ਭੇਜ ਦਿੱਤਾ ਗਿਆ ਜੀ। ਜਿਹੜੀ SSG ਟੀਮ ਆ ਉਹਨਾਂ ਦੇ ਹਵਾਲੇ ਕਰਕੇ ਜਿਹੜੀ ਬਣਦੀ ਕਾਰਵਾਈ ਉਹਨਾਂ 'ਤੇ ਹੋਊਗੀ। ਟੋਟਲ ਪਤਾ ਲੱਗਿਆ ਕਿੰਨਾ ਕੈਸ਼ ਹੈ? ਤਕਰੀਬਨ 8 ਲੱਖ ਦੇ ਕਰੀਬ ਸੀ, ਬਾਕੀ ਥੋੜ੍ਹਾ ਬਹੁਤਾ ਹੋਰ ਵੀ 7.5-7,000 ਰੁਪਇਆ ਹੋਰ ਵੀ।